सत श्रीकाल जी सारे नूं की हाल चाल है सारे दे। जिदा कि तुहानूं पता अपनी पीआर जर्नी स्टार्ट हो गई है ते लास्ट वीडियो दे विच मैं आयल्स दा पेपर दे के आया सी। हुण उहदे रिजल्ट आउण नूं 13 दिन लगणे आ ते मैं सोचदा कि इन बिटवीन आपां डॉक्यूमेंट वगैरह सारे इकट्ठे कर लईए तां कि जदों आपां नूं इनविटेशन आवे ते नाल दी नाल आपां सारे डॉक्यूमेंट्स वगैरह अपलोड कर दईए। अज दी वीडियो विच आपां पीसीसी अप्लाई करना आ। पीसीसी वैसे तां तुसीं अपने इंडिया तों वी करवा सकदे हो, लाइक थाने चों जाके, जां फिर तुसीं एम्बैसी तों जाके करवा सकदे हो ते बीएलएस दे थ्रू। तीन तरीके हुंदे आ। एम्बैसी तां हुण बंद आ ते जिहड़ी थाने वाली हुंदी आ ना, ते कई लोक ही कहिंदे आ वी ओह तुसीं ना ही कराओ ते चंगा। वैसे मैं वकीलां नाल दो तिन्नां नाल गल कीती सी, ओह कहिंदे वी कोई चक्कर नहीं आ, पर मैं कोई रिस्क नहीं लेना चाहता। मेरे नौ दे विच एक बंदा हैगा आ, उन्हें अपनी जो फाइल प्रोसैसिंग दे विच पाई सी ना, अपने डॉक्यूमेंट वगैरह अपलोड किए सी, ते उदों उन्होंने कहा सी उन्हूं कि भाई तू हुण सानू बीएलएस दी या फिर एम्बैसी वाली पीसीसी भेज, असीं तेरी दूसरी एक्सैप्ट नहीं कर रहे। पता नहीं की रीजन सी, की नहीं, हो सकता अपने नाल हो जाए, तुहाडे नाल हो जाए, इस करके मैं कहना कि तुसीं बीएलएस वाली कराओ। मेरे को दोनों दी लाइक टैंपलेट पाया, तुसीं देख सकते हो। इधर हैगी जिहड़ी अपने पंजाब दे थाने चों बनी हुई है, इधर हैगी आ जिहड़ी अपनी बीएलएस तों बनी हुई है। दोनों दे विच डिफरेंस देखो, बीएलएस वाली दे विच फोटो लगी आ, स्टैंप कीदी लगी आ, उपर शेर जिहा बनिया होया राइट, ते काफी ज्यादा लाइक डिफरेंस हैगा आ, मतलब कि वह थोड़ी जी वधिया लगती है देखने दे विच, या फिर जैनुअन मैनू नहीं पता भी की रीजन है, पर मैं कहूँगा 120-130 डॉलर लगने आ, ते एवें ज्यादा टेंशन लैण दी लोड़ नहीं, बीएलएस दे थ्रू करा लो। चलो फिर आपां ज्यादा टाइम वेस्ट ना ही करिए ते आपां सीधा कंप्यूटर ते चलदे आ, एप्लीकेशन फॉर्म भरने आ, ते उस तों बाद मैं तुहानूं दसदा की ਹੁੰਦਾ ਆ। ਪਹਿਲਾਂ ਤੁਸੀਂ ਓਪਨ ਕਰਨਾ ਹੈ ਜੀ ਗੂਗਲ, ਗੂਗਲ 'ਤੇ ਪੀਸੀਸੀ ਇੰਡੀਆ ਟਾਈਪ ਕਰੋ। ਟਾਈਪ ਕਰਨ ਤੋਂ ਬਾਅਦ ਜਿਹੜਾ ਪਹਿਲਾ ਲਿੰਕ ਆ ਤੁਸੀਂ ਉਹ ਨਹੀਂ ਖੋਲਣਾ, ਕਿਉਂਕਿ ਉਹ ਹੈਗਾ ਐਮਬੈਸੀ ਦਾ। ਦੂਸਰੇ ਲਿੰਕ 'ਤੇ ਜਾਓ ਜਿਹੜਾ ਬੀਐਲਐਸ ਇੰਡੀਆ ਦਾ ਆਏਗਾ, ਇਹਨੂੰ ਓਪਨ ਕਰਕੇ ਅੱਗੇ ਤੁਹਾਡੇ 'ਤੇ ਵਿੰਡੋ ਆ ਜਾਏਗੀ। ਇਸ 'ਤੇ ਤੁਸੀਂ ਦੇਖਣਾ ਕਿ ਤੁਸੀਂ ਟੋਰੋਂਟੋ 'ਚ ਪੈਂਦੇ ਹੋ, ਵੈਨਕੂਵਰ ਪੈਂਦੇ ਹੋ, ਜਾਂ ਫਿਰ ਓਟਵਾ ਪੈਂਦੇ ਹੋ। ਥੱਲੇ ਤੁਸੀਂ ਦੇਖ ਸਕਦੇ ਹੋ ਸਾਰੇ ਤੁਹਾਡੇ ਲਾਈਕ ਰੀਜਨ ਲਿਖੇ ਹੋਏ ਆ। ਉਸ ਤੋਂ ਬਾਅਦ ਫੋਰਮ ਚੈੱਕਲਿਸਟ 'ਤੇ ਜਾਣਾ ਹੈ ਅਤੇ ਟੋਰੋਂਟੋ ਵਾਲੇ ਦੇ ਪਹਿਲੇ ਫੋਰਮ ਨੂੰ ਆਪਾਂ ਕਲਿੱਕ ਕਰਨਾ ਆ। ਉਸ ਦੇ ਵਿੱਚ ਜਿਹੜੇ ਆਹ ਵਾਲੇ ਫੋਰਮ ਹੋਣਗੇ ਨੇ, ਇਹਨੂੰ ਤੁਸੀਂ ਪ੍ਰਿੰਟ ਕਰਾ ਕੇ ਆਪਾਂ ਨਾਲ ਭੇਜਣਾ ਹੁੰਦਾ ਹੈ, ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਭੇਜਣਾ ਹੈ ਕਿ ਨਹੀਂ। ਸੋ ਇਹਨੂੰ ਤੁਸੀਂ ਜ਼ਰੂਰ ਪ੍ਰਿੰਟ ਕਰਾਓ ਅਤੇ ਇਹਦੇ ਆਪਾਂ ਟਿੱਕ ਮਾਰਕ ਲਾਵਾਂਗੇ ਬਾਅਦ ਵਿੱਚ, ਮੈਂ ਤੁਹਾਨੂੰ ਦਿਖਾਉਣਾ, ਇਹ ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਣਾ। ਫਿਰ ਦੂਸਰੇ ਲਿੰਕ 'ਤੇ ਕਲਿੱਕ ਕਰਕੇ ਅਤੇ ਅੱਗੇ ਤੁਹਾਡੀ ਵੈਬਸਾਈਟ ਖੁੱਲੇਗੀ ਜਿਹਦੇ 'ਚ ਆਪਾਂ ਦੇਖਣਾ ਆ। ਫਿਰ ਤੁਸੀਂ ਜਾਓਗੇ ਥੱਲੇ ਕੈਨੇਡਾ 'ਤੇ, ਕੈਨੇਡਾ ਨੂੰ ਆਪਾਂ ਕਲਿੱਕ ਕਰਾਂਗੇ ਅਤੇ ਨੈਕਸਟ ਆਪਾਂ ਪਹਿਲਾਂ ਰਜਿਸਟਰ ਕਰਨਾ, ਉਸ ਤੋਂ ਬਾਅਦ ਆਪਾਂ ਯੂਜ਼ਰ ਲੌਗਇਨ ਕਰਾਂਗੇ। ਰਜਿਸਟਰ ਕਰਨ ਦੇ ਲਈ ਲਾਈਕ ਪਹਿਲਾਂ ਆਏਗਾ ਆਪਣਾ ਜਿਹੜਾ ਤੁਹਾਨੂੰ ਮੈਂ ਦੱਸਿਆ ਤੁਹਾਡੇ ਕਿਹੜੇ ਰੀਜਨ ਦੇ ਵਿੱਚ ਵੇਰੀ ਕਰਦੇ, ਜਿੱਦਾਂ ਮੇਰਾ ਇਟੋਬੀਕੋ ਸ਼ਹਿਰ ਆ ਅਤੇ ਮੈਂ ਟੋਰੋਂਟੋ ਦੇ ਵਿੱਚ ਵੇਰੀ ਕਰਨਾ। ਉਸ ਤੋਂ ਬਾਅਦ ਨਾਮ ਭਰਨਾ ਆ ਅਤੇ ਸਰਨੇਮ ਜੇ ਤੁਹਾਡਾ ਨਹੀਂ ਹੈਗਾ ਤੁਸੀਂ ਨਹੀਂ ਭਰਨਾ, ਜੇ ਐਜ਼ ਪਰ ਪਾਸਪੋਰਟ ਭਰਨਾ ਆ, ਡੇਟ ਆਫ ਬਰਥ ਐਂਡ ਆਲ। ਅਤੇ ਕਈਆਂ ਦਾ ਜਿਵੇਂ ਹੁਣ ਮੇਰਾ ਸਰਨੇਮ ਨਹੀਂ ਹੈਗਾ ਅਤੇ ਮੈਂ ਇਸ ਕਰਕੇ ਗਿਵਨ ਨੇਮ ਦੇ ਵਿੱਚ ਹੀ ਉਹ ਸਾਰਾ ਕੁਝ ਭਰਦਾ ਆ। ਫਿਰ ਆਪਣੀ ਈਮੇਲ ਆਈਡੀ ਭਰੋ, ਪਾਸਵਰਡ ਭਰੋ ਅਤੇ ਸਾਰਾ ਕੁਝ, ਅਤੇ ਹੁਣ ਕਈ ਚੀਜ਼ਾਂ ਮੇਰੀਆਂ ਹਿਡਨ ਵੀ ਹੋਣਗੀਆਂ ਕਿਉਂਕਿ ਮੈਂ ਲਾਈਕ ਆਪਣੀਆਂ ਚੀਜ਼ਾਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ, ਸੋ ਉਹਦੇ ਲਈ ਮੈਂ ਪਹਿਲਾਂ ਹੀ ਤੁਹਾਡੇ ਤੋਂ ਮਾਫ਼ੀ ਮੰਗ ਲੈਣਾ। ਇਹ ਹੋ ਗਿਆ ਜੀ ਆਪਾਂ ਰਜਿਸਟਰ। ਇਹ ਜਿਹੜੀ ਹੁਣ ਤੁਸੀਂ ਈਮੇਲ ਆਈਡੀ ਭਰੀ ਹੈ ਨਾ, ਉਹਦੇ 'ਤੇ ਲਿੰਕ ਜਾਊਗਾ, ਉਹ ਲਿੰਕ ਨੂੰ ਆਪਾਂ ਓਪਨ ਕਰਕੇ ਅਤੇ ਦੇਖਣਾ ਆ ਕਿ ਉਹ ਆਹ ਦੇਖੋ ਜਿੱਦਾਂ ਹੁਣ ਪਾਸਪੋਰਟ ਵਾਲਾ ਲਿੰਕ ਆ ਗਿਆ, ਠੀਕ ਆ। ਹੁਣ ਥੱਲੇ ਇਹਨੂੰ ਲਿੰਕ ਨੂੰ ਆਪਾਂ ਆਪਣੀ ਆਈਡੀ ਰਜਿਸਟਰ ਕਰ ਦੇਣੀ ਉਸਦੇ ਵਿੱਚ। ਇਹ ਕੋਈ ਔਖਾ ਕੰਮ ਨਹੀਂ ਹੈ ਯਾਰ, ਬਹੁਤ ਸੌਖਾ ਆ ਪੀਸੀਸੀ ਦਾ ਕੰਮ ਕਰਨਾ, ਥੋੜ੍ਹਾ ਜਿਹਾ ਟ੍ਰਿਕੀ ਆ ਬਸ। ਹੁਣ ਇਸ ਨੂੰ ਖੋਲ੍ਹੋ, ਇੱਥੇ ਆਪਣੀ ਯੂਜ਼ਰ ਆਈ ਡੀ ਫਿਰ ਭਰੋ, ਐਕਟੀਵੇਟ ਕਰ ਦਿਉ। ਹੁਣ ਤੁਹਾਡਾ ਅਕਾਊਂਟ ਆ ਜਿਹੜਾ ਉਹ ਐਕਟੀਵੇਟ ਹੋ ਗਿਆ। ਹੁਣ ਆਪਾਂ ਕਰਨਾ ਇਹਨੂੰ ਲੌਗਇਨ। ਲੌਗਇਨ ਕਰਨ ਦੇ ਲਈ ਫਿਰ ਵਾਪਸ ਹੋਮ 'ਤੇ ਜਾਓ, ਹੋਮ 'ਤੇ ਜਾ ਕੇ ਆਪਾਂ ਯੂਜ਼ਰ ਲੌਗਇਨ 'ਤੇ ਕਲਿੱਕ ਕਰਨਾ। ਓਕੇ ਜੀ, ਯੂਜ਼ਰ ਲੌਗਇਨ 'ਤੇ ਇੱਥੇ ਆਪਣੀ ਆਈ ਡੀ ਭਰੋ, ਜਿਹੜਾ ਪਾਸਵਰਡ ਭਰਿਆ ਸੀ ਆਹ ਵਾਲੇ ਜਿਹੜੇ ਕਰੈਕਟਰ ਆ ਇਹ ਭਰੋ ਐਂਡ ਲੌਗਇਨ ਕਰ ਦਿਉ। ਪਿੱਛੇ ਇਹਨਾਂ ਦੀ ਵੈਬਸਾਈਟ ਬਹੁਤ ਜ਼ਿਆਦਾ ਬਿਜ਼ੀ ਸੀ, ਸੋ ਕਈ ਵਾਰੀ ਟਾਈਮ ਵੀ ਲੱਗ ਜਾਂਦਾ ਆ। ਅਤੇ ਅਪਲਾਈ ਫੋਰ ਪੀਸੀਸੀ, ਆਹ ਸਾਰੀਆਂ ਚੀਜ਼ਾਂ ਆਪਾਂ ਅਪਲਾਈ ਕਰ ਸਕਦੇ, ਪਰ ਅੱਜ ਆਪਾਂ ਪੀਸੀਸੀ ਅਪਲਾਈ ਕਰਾਂਗੇ। ਪਰਪਸ ਜਿਹੜਾ ਪਹਿਲਾਂ ਆਪਾਂ ਦੇਖਣਾ ਕਿ ਪੀਸੀਸੀ ਕਰਾਉਣ ਦਾ ਪਰਪਸ ਕੀ ਆ ਸਾਡਾ, ਠੀਕ ਆ। ਪਰਪਸ ਅਦਰ ਦੈਨ ਸਿਟੀਜ਼ਨਸ਼ਿਪ, ਤੁਸੀਂ ਸ਼ੇਅਰ ਸਾਰਾ ਕੁਝ ਦੇਖ ਹੀ ਸਕਦੇ ਹੋ, ਮੈਂ ਲਾਈਕ ਵੈਸੇ ਹੀ ਤੁਹਾਨੂੰ ਦੱਸ ਰਿਹਾ ਕਿ ਬੋਲ ਬੋਲ ਕੇ ਵੀ। ਪਾਸਪੋਰਟ ਨੰਬਰ ਭਰੋ, ਫਾਈਲ ਨੰਬਰ ਜਿਹੜਾ ਹੁੰਦਾ ਨਾ ਇਹ ਤੁਹਾਡੇ ਪਾਸਪੋਰਟ ਦੇ ਲਾਸਟ ਪੇਜ 'ਤੇ ਲਿਖਿਆ ਹੋਏਗਾ, ਲਾਸਟ ਪੇਜ 'ਤੇ ਤੁਹਾਡਾ ਘਰ ਦਾ ਐਡਰੈਸ ਵਗੈਰਾ ਲਿਖਿਆ ਹੁੰਦਾ, ਉਹਦਾ ਜਿਹੜਾ ਲਾਸਟ ਥੱਲੇ ਹੁੰਦਾ ਹੈ ਉੱਥੇ ਪਾਸਪੋਰਟ ਨੰਬਰ ਲਿਖਿਆ ਹੋਏਗਾ। ਗਿਵਨ ਨੇਮ, ਫਿਰ ਉਹੀ ਮੇਰਾ ਨੇਮ ਹੀ ਪੂਰਾ ਆਏਗਾ, ਲਾਈਕ ਮੇਰਾ ਕੋਈ ਸਰਨੇਮ ਇਹਦੇ ਵਿੱਚ ਨਹੀਂ ਲਿਖਿਆ ਆਪਣੇ ਪਾਸਪੋਰਟ 'ਤੇ। ਐਸ ਪਰ ਪਾਸਪੋਰਟ ਲਿਖਣਾ ਆ, ਮੇਲ, ਡੇਟ ਆਫ ਬਰਥ, ਪਲੇਸ ਆਫ ਬਰਥ, ਉਹਦੇ ਬਾਅਦ ਸਟੇਟਸ। ਹਾਂਜੀ ਆਪਾਂ ਹੈਗੇ ਹਾਂ ਸਿੰਗਲ, ਆਪਾਂ ਅਜੇ ਵਿਆਹ ਹੀ ਨਹੀਂ ਹੋਏ, ਜਿਨ੍ਹਾਂ ਨੂੰ ਦੱਸ ਹੀ ਦਿੰਦਾ ਮੈਂ। ਅਤੇ ਇਹਦੇ ਵਿੱਚੋਂ ਤੁਸੀਂ ਕੁਝ ਨਹੀਂ ਭਰਨਾ, ਨਾ ਹੀ ਤੁਸੀਂ ਐਗਰੀ 'ਤੇ ਕਲਿੱਕ ਕਰਨਾ ਆ, ਠੀਕ ਆ। ਇੰਪਲੋਇਮੈਂਟ ਟਾਈਪ, ਪ੍ਰਾਈਵੇਟ ਜਾਂ ਫਿਰ ਐਪਲੀਕੇਬਲ ਜਿੱਦਾਂ ਵੀ ਤੁਹਾਡਾ ਹੋਏ, ਗ੍ਰੈਜੂਏਸ਼ਨ ਐਂਡ ਅਬਵ ਕਰਕੇ। ਥੱਲੇ ਕਿਸੇ ਚੀਜ਼ 'ਤੇ ਲਿੰਕ ਨਹੀਂ ਕਰਨਾ। ਫਾਦਰ ਨੇਮ, ਗਿਵਨ ਨੇਮ, ਠੀਕ ਆ, ਮਦਰ ਦਾ, ਇਹ ਵੀ ਉਹਨਾਂ ਦੇ ਪਾਸਪੋਰਟ ਦੇ ਅਕੋਰਡਿੰਗਲੀ ਤੁਸੀਂ ਭਰਨਾ ਆ, ਇਹ ਆਪਦੀ ਮਰਜ਼ੀ ਨਾਲ ਨਹੀਂ ਭਰ ਦੇਣਾ। ਉਸ ਤੋਂ ਬਾਅਦ ਆਪਣਾ ਐਡਰੈਸ ਭਰੋ, ਲਾਈਕ ਇੰਡੀਆ ਵਾਲਾ ਐਡਰੈਸ, ਦੇਖੋ ਉੱਪਰ ਲਿਖਿਆ ਐਡਰੈਸ ਇਨ ਇੰਡੀਆ। ਇੱਥੇ ਇੱਕ ਚੀਜ਼ ਬਸ ਨੋਟਿਸ ਕਰਨ ਵਾਲੀ ਹੈ, ਤੁਹਾਡਾ ਜਿਹੜਾ ਥਾਣਾ ਆ ਅਤੇ ਤੁਹਾਡਾ ਜਿਹੜਾ ਪਿੰਨ ਕੋਡ ਆ ਉਹ ਤੁਸੀਂ ਐਜ਼ ਪਰ ਪਾਸਪੋਰਟ ਭਰਨਾ ਹੈ, ਕੋਈ ਵੀ ਚੀਜ਼ ਭਰਨੀ ਐਜ਼ ਪਰ ਪਾਸਪੋਰਟ। ਇੱਥੇ ਜਿਹੜਾ ਹੁਣ ਤੁਸੀਂ ਮੋਬਾਈਲ ਨੰਬਰ ਲਿਖਣਾ ਉਹ ਇੰਡੀਆ ਵਾਲਾ ਲਿਖਣਾ, ਅਤੇ ਮੇਕ ਸ਼ੋਰ ਕਿ ਉਹਦੇ ਅੱਗੇ 91 ਜ਼ਰੂਰ ਲਾਓ, ਲਾਈਕ ਇੰਡੀਆ ਦਾ ਜਿਹੜਾ ਕੋਡ ਆ ਉਹ ਜ਼ਰੂਰ ਲਾਓ। ਈਮੇਲ ਆਈਡੀ ਤੁਸੀਂ ਇੱਥੇ ਆਪਣੀ ਦੇ ਸਕਦੇ ਹੋ, ਜੇ ਤੁਹਾਡੇ ਡੈਡ ਦੀ ਜਾਂ ਫਿਰ ਮੋਮ ਦੀ ਹੈਗੀ ਆ ਤਾਂ ਉਹ ਦੇ ਸਕਦੇ ਹੋ, ਭੈਣ ਭਰਾ ਦੀ ਦੇ ਸਕਦੇ ਹੋ ਇੰਡੀਆ ਵਾਲੀ।
ਹੁਣ ਜਿਹੜਾ ਐਡਰੈਸ ਇੱਥੇ ਆ ਜਿੱਥੇ ਤੁਸੀਂ ਕੈਨੇਡਾ ਦੇ ਵਿੱਚ ਰਹਿੰਦੇ ਹੋ ਉਹ ਵਾਲਾ ਐਡਰੈਸ ਤੁਸੀਂ ਲਿਖਣਾ ਆ ਠੀਕ ਆ ਇੱਥੇ ਮੈਂ ਹੁਣ ਆਪਣਾ ਐਡਰੈਸ ਲਿਖ ਰਿਹਾ ਆਪਣਾ ਮੋਬਾਈਲ ਨੰਬਰ ਲਿਖਣਾ ਕੋਡ 1 ਲਾ ਕੇ ਕਿਉਂਕਿ ਕੈਨੇਡਾ ਦਾ ਕੋਡ ਹੈਗਾ 1 ਸੌਖਾ ਜਿਹਾ ਕੰਮ ਆ ਕੋਈ ਬਾਲਾ ਔਖਾ ਨਹੀਂ ਆ ਹੁਣ ਇਸ ਤੋਂ ਬਾਅਦ ਆਪਾਂ ਜਾਵਾਂਗੇ ਲਾਈਕ ਕੈਨੇਡਾ ਪੋਸਟ ਇੱਥੋਂ ਹੋ ਗਿਆ ਜੀ ਨੈਕਸਟ ਆਹ ਸਾਰੇ ਤੁਸੀਂ ਕੁਐਸਚਨ ਆ ਜਿਹੜੇ ਉਹਨਾਂ ਨੂੰ ਨੋ ਕਰ ਦੇਣਾ ਜੇ ਪੜ੍ਹਨਾ ਤਾਂ ਪੜ੍ਹ ਲਓ ਜੀ ਨਹੀਂ ਤਾਂ ਸਿੱਧਾ ਵੀ ਕੰਮ ਚੱਲ ਜੂਗਾ ਬਸ ਨੋ ਕਰਕੇ ਯੈਕਸ ਇੱਥੇ ਤੁਸੀਂ ਹੁਣ ਚੈੱਕ ਕਰ ਲਓ ਸਭ ਚੰਗੀ ਤਰ੍ਹਾਂ ਹੁਣ ਮੈਂ ਆਪਦਾ ਤਾਂ ਕੁਝ ਤੁਹਾਨੂੰ ਦਿਖਾ ਨਹੀਂ ਸਕਦਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਉਹਦੇ ਲਈ ਮੈਂ ਪਹਿਲਾਂ ਹੀ ਸੌਰੀ ਮੰਗ ਲੈਂਦਾ ਐਗਰੀ ਆਪਣੀ ਸਟੇਟ ਲਿਖਣੀ ਆ ਜਗ੍ਹਾ ਲਿਖਣੀ ਜੇ ਤੁਸੀਂ ਬ੍ਰਹਿਮਪੁਰ ਰਹਿੰਦੇ ਹੋ ਟੋਰੋਂਟੋ ਰਹਿੰਦੇ ਹੋ ਕਿੱਥੇ ਰਹਿੰਦੇ ਹੋ ਲਿਖ ਦਿਉ ਉਸ ਤੋਂ ਬਾਅਦ ਥੈਂਕ ਯੂ ਜੀ ਹਾਂਜੀ ਤੁਹਾਡਾ ਕੰਮ ਹੋ ਗਿਆ ਹੁਣ ਤੁਸੀਂ ਹੋਮ 'ਤੇ ਜਾਣਾ ਆ ਸੌਖਾ ਹੀ ਸੀ ਨਾ ਕੋਈ ਬਾਹਲਾ ਔਖਾ ਨਹੀਂ ਸੀ ਥੱਲੇ ਜਾਓਗੇ ਇਹਨੂੰ ਕਲਿੱਕ ਕਰਾਂਗੇ ਅਤੇ ਐਪਲੀਕੇਸ਼ਨ ਨੂੰ ਪ੍ਰਿੰਟ ਕਰਾਂਗੇ ਇਹ ਆਪਾਂ ਐਪਲੀਕੇਸ਼ਨ ਉੱਥੇ ਨਾਲ ਅਟੈਚ ਕਰਨੀ ਹੈ ਅਤੇ ਫੋਟੋ ਜ਼ਰੂਰ ਤੁਸੀਂ ਕਢਾਉਣੀ ਹੈ 51x51 ਦੀ ਫੋਟੋ 51x51 ਹੁਣ ਕੈਨੇਡਾ ਪੋਸਟ ਜਾ ਕੇ $41.40 ਦਾ ਆਪਾਂ ਬਣਾ ਕੇ ਆਉਣਾ ਆ ਡਿਮਾਂਡ ਡਰਾਫਟ ਅਤੇ ਜਿਹੜੀ ਆਹ ਜਿਹੜੀ ਚੀਜ਼ ਹੈਗੀ ਆ ਦੇਖੋ ਲਿਖਿਆ ਕਲਿੱਕ ਹੇਅਰ ਟੂ ਪਿਕਅਪ ਐਂਡ ਡਰੋਪ ਆਫ ਇਹ ਤੁਹਾਡੇ ਘਰੋਂ ਹੀ ਚੱਕ ਕੇ ਲੈ ਜਾਣਗੇ ਪਿਊਰੋ ਲੇਟਰ ਵਾਲੇ ਅਤੇ ਤੁਸੀਂ ਲਾਈਕ ਇਹਦੇ ਪੈਸੇ ਪੇ ਕਰਨੇ ਉਹਨਾਂ ਨੂੰ ਜਾਂ ਤੁਸੀਂ ਫੋਨ ਕਰਕੇ ਪੇ ਕਰ ਸਕਦੇ ਹੋ ਜਾਂ ਫਿਰ ਤੁਸੀਂ ਇੱਥੇ ਕਲਿੱਕ ਕਰਕੇ ਅਤੇ ਅੱਗੇ ਅੱਗੇ ਜਾ ਕੇ ਸਾਰਾ ਫੋਰਮ ਵਗੈਰਾ ਭਰ ਸਕਦੇ ਹੋ ਹਾਂਜੀ ਐਪਲੀਕੇਸ਼ਨ ਡਨ ਹੋ ਗਈ ਹੈ ਅਤੇ ਜਿਹੜੀ ਮੈਂ ਤੁਹਾਨੂੰ ਪਹਿਲਾਂ ਇੱਕ ਚੈੱਕਲਿਸਟ ਖੁਲਵਾਈ ਸੀ ਨਾ ਉਹਨੂੰ ਖੋਲੋ ਦੁਬਾਰਾ ਤੋਂ ਉਹਦੇ ਵਿੱਚ ਆਪਾਂ ਦੇਖਣਾ ਕਿ ਆਪਾਂ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਆ ਕਿਹੜੇ ਕਿਹੜੇ ਡਾਕੂਮੈਂਟ ਆਪਾਂ ਭੇਜਣੇ ਆ ਪਹਿਲਾਂ ਤਾਂ ਜਿਹੜੀ ਉਹ ਚੈੱਕਲਿਸਟ ਹੈਗੀ ਆ ਉਹੀ ਭੇਜਣੀ ਆ ਆਪਾਂ ਨਾਲ ਫਿਰ ਆਪਾਂ ਉਹਦੇ ਵਿੱਚ ਇੱਕ ਐਪਲੀਕੇਸ਼ਨ ਫੋਰਮ ਜਿਹੜਾ ਆਪਣਾ ਹੈਗਾ ਉਹ ਸਬਮਿਟ ਕਰਨਾ ਉਹਦੇ ਵਿੱਚ ਜਿਹੜੀ ਫੋਟੋ ਆ 51x51 mm ਦੀ ਤੁਸੀਂ ਲਗਾਉਣੀ ਹੈ ਜਾ ਕੇ ਤੁਸੀਂ ਖਿਚਵਾ ਸਕਦੇ ਹੋ ਕਿਸੇ UPS ਸਟੋਰ ਤੋਂ ਵੈਸੇ ਹੁਣ ਜਿਹੜੇ ਜ਼ਿਆਦਾਤਰ ਲਾਈਕ ਵਾਲਮਾਰਟ ਜਾਂ ਸ਼ੋਪਰਸ ਦੇ ਵਿੱਚ ਜਿਹੜੇ ਹੁੰਦੇ ਆ ਉਹ ਬੰਦ ਹੈਗੇ ਆ ਜਾਂ ਫਿਰ ਤੁਸੀਂ ਕੋਈ ਫੋਟੋ ਵਾਲੀ ਦੁਕਾਨ ਲੱਭ ਸਕਦੇ ਹੋ ਕਈ ਜ਼ਿਆਦਾ ਹੈਗੀਆਂ ਆ ਮੈਂ ਵੀ ਇੱਕ ਪ੍ਰੋ ਫੋਟੋਜ਼ ਕਰਕੇ ਹੈਗੇ ਆ ਇੱਥੇ ਬ੍ਰੈਮਟਨ ਅਤੇ GTA ਏਰੀਆ ਦੇ ਵਿੱਚ ਉਹਨਾਂ ਕੋਲ ਜਾ ਕੇ ਫੋਟੋ ਕਰਵਾਊਂਗਾ ਅਤੇ ਫੋਟੋ ਹੈਗੀ ਆ ਦੇਖ ਲਓ 51x51 ਦੀ ਉਸ ਤੋਂ ਬਾਅਦ ਆਪਣਾ ਜਿਹੜਾ ਇੰਡੀਅਨ ਪਾਸਪੋਰਟ ਆ ਉਹ ਚਾਹੀਦਾ ਹੁਣ ਇੰਡੀਅਨ ਪਾਸਪੋਰਟ ਦੇ ਵਿੱਚ ਕੀ ਸਪੈਸੀਫਿਕੇਸ਼ਨ ਹੋਣੀਆਂ ਚਾਹੀਦੀਆਂ ਤੁਹਾਡੇ ਹਰ ਇੱਕ ਪੇਜ ਦੀ ਤੁਸੀਂ ਫੋਟੋ ਸਟੈਟ ਕਰਾਉਣੀ ਹੈ ਜਿਹਦੇ ਉੱਪਰ ਸਟੈਂਪ ਵਗੈਰਾ ਲੱਗੀ ਹੋਈ ਹੈ ਚਾਹੇ ਉਹ ਤੁਹਾਡੀ ਵਰਕ ਪਰਮਿਟ ਦੀ ਸਟੱਡੀ ਪਰਮਿਟ ਦੀ ਫਰੰਟ ਪੇਜ ਲਾਸਟ ਪੇਜ ਜਿੱਥੇ ਤੁਸੀਂ ਵਿਜ਼ਿਟ ਕੀਤੇ ਹੋ ਲਾਈਕ ਜੇ ਕਿਸੇ ਹੋਰ ਦੇਸ਼ ਗਏ ਹੋ ਹਰ ਇੱਕ ਚੀਜ਼ ਜਿਹਦੇ ਵਿੱਚ ਕੁਛ ਵੀ ਲਿਖਿਆ ਹੈ ਨਾ ਜਿਹੜੇ ਪੇਜ ਦੇ ਉੱਪਰ ਉਹਦੀ ਤੁਸੀਂ ਫੋਟੋ ਸਟੈਟ ਕਰਾ ਕੇ ਉਹਨੂੰ ਸਟੇਪਲ ਕਰਕੇ ਇੱਕ ਫਾਈਲ ਉਹਦੀ ਬਣਾ ਦੇਣੀ ਹੈ ਫਿਰ ਉਸ ਤੋਂ ਬਾਅਦ ਸਟੇਟਸ ਇਨ ਕੈਨੇਡਾ ਜੇ ਤੁਸੀਂ ਕੈਨੇਡਾ ਦੇ ਵਿੱਚ ਵਰਕ ਪਰਮਿਟ 'ਤੇ ਹੋ ਤਾਂ ਉਹ ਵੀ ਤੁਸੀਂ ਨਾਲ ਜ਼ਰੂਰ ਲਾਓ ਜੇ ਤੁਸੀਂ ਰਿਫਿਊਜੀ ਹੋ ਤਾਂ ਆਪਣਾ ਰਿਫਿਊਜੀ ਜੋ ਵੀ ਹੁੰਦਾ ਸਾਇਲਮ ਵਗੈਰਾ ਹੁੰਦਾ ਹੈ ਉਹ ਸਾਰੇ ਨਾਲ ਡਾਕੂਮੈਂਟਸ ਲਾਓ ਲਾਈਕ ਆਪਾਂ ਤਾਂ ਉਹੀ ਲੈ ਕੇ ਆਉਣੇ ਆ ਉਸ ਤੋਂ ਬਾਅਦ ਪਰੂਫ ਆਫ ਐਡਰੈਸ ਹੈਗਾ ਮੇਰੇ ਕੋਲ ਜਿਹੜਾ ਪਰੂਫ ਆਫ ਐਡਰੈਸ ਹੈਗਾ ਇੱਥੋਂ ਦਾ ਲਾਇਸੈਂਸ ਤੁਸੀਂ ਲਾ ਸਕਦੇ ਹੋ ਜੇ ਕਿਸੇ ਕੋਲ ਲਾਇਸੈਂਸ ਨਹੀਂ ਹੈਗਾ ਉਹਦੇ ਕੋਲ ਪਿੰਕ ਕਾਰਡ ਹੁੰਦਾ ਹੈ ਲਾਈਕ ਓਨਟੈਰੀਓ ਦੇ ਵਿੱਚ ਪਿੰਕ ਕਾਰਡ ਬਣਦਾ ਜਾਂ ਫਿਰ ਲਾਈਕ ਕੋਈ ਵੀ ਇੱਦਾਂ ਦਾ ਤੁਸੀਂ ਆਪਣਾ ਡਾਕੂਮੈਂਟ ਪੇਸ਼ ਕਰਨਾ ਜਿਹਦੇ ਵਿੱਚ ਤੁਸੀਂ ਦੱਸੋ ਕਿ ਮੈਂ ਕੈਨੇਡਾ ਦੇ ਵਿੱਚ ਰਹਿਣਾ ਲਾਈਕ ਓਨਟੈਰੀਓ ਦੇ ਵਿੱਚ ਆਹ ਵਾਲੀ ਪਲੇਸ 'ਤੇ ਰਹਿ ਰਿਹਾ ਜਿਹੜਾ ਤੁਸੀਂ ਐਡਰੈਸ ਐਪਲੀਕੇਸ਼ਨ ਫੋਰਮ 'ਤੇ ਭਰਿਆ ਸੀ ਇਹ ਚੀਜ਼ ਦਾ ਧਿਆਨ ਰੱਖਿਓ ਕਿ ਇਹ ਨਹੀਂ ਕਈਆਂ ਨੇ ਜਿਵੇਂ ਐਡਰੈਸ ਵਗੈਰਾ ਚੇਂਜ ਕਰਾਏ ਹੁੰਦੇ ਆ ਇੱਧਰ ਉੱਧਰ ਜਿਹੜਾ ਐਪਲੀਕੇਸ਼ਨ ਫੋਰਮ 'ਤੇ ਭਰਿਆ ਸੀ ਉਹ ਹੀ ਤੁਸੀਂ ਨਾਲ ਅਟੈਚ ਕਰਨਾ ਆ ਲਾਇਸੈਂਸ ਵਗੈਰਾ ਦੇ ਤੁਹਾਡੇ 'ਤੇ ਉਹ ਹੀ ਐਡਰੈਸ ਹੋਣਾ ਚਾਹੀਦਾ ਆ ਲਾਸਟ 'ਤੇ ਆਪਾਂ ਜਾਵਾਂਗੇ ਕੈਨੇਡਾ ਪੋਸਟ ਕੈਨੇਡਾ ਪੋਸਟ 'ਤੇ ਜਾ ਕੇ ਆਪਾਂ ਮਨੀ ਆਰਡਰ ਬਣਵਾ ਕੇ ਲਿਆਉਣਾ ਹੈ $41.40 ਦਾ ਠੀਕ ਆ ਇਹ ਚੀਜ਼ ਦਾ ਧਿਆਨ ਰੱਖਣਾ $41.40 ਦਾ ਨਾ ਵੱਧ ਨਾ ਘੱਟ ਉਹ ਆਪਾਂ ਅਟੈਚ ਕਰਨਾ ਆ ਨਾਲ ਅਤੇ ਮੈਂ ਹੁਣ ਇੱਥੋਂ ਜਾਣਾ ਲਾਈਕ ਸਾਰੇ ਡਾਕੂਮੈਂਟ ਵਗੈਰਾ ਇਕੱਠੇ ਕਰਕੇ ਲਿਆਉਣਾ ਫਿਰ ਤੁਹਾਨੂੰ ਮੈਂ ਮਿਲਦਾ ਲਾਈਕ ਕਿੱਦਾਂ ਆਪਾਂ ਸਾਰਾ ਇਨਵੈਲਪ ਦੇ ਵਿੱਚ ਪਾ ਕੇ ਅਤੇ ਉਹ ਸਾਰਾ ਕੁਝ ਲਾਈਕ ਕਿੱਦਾਂ ਆਪਾਂ ਪੋਸਟ ਕਰਨਾ ਆ ਲਓ ਜੀ ਡਾਕੂਮੈਂਟ ਵਗੈਰਾ ਮੈਂ ਸਾਰੇ ਲੈ ਕੇ ਆ ਗਿਆ ਲਾਈਕ ਫੋਟੋ ਸਟੈਟ ਕਰਾ ਕੇ ਜਿਹਦੇ ਵਿੱਚ ਹੁਣ ਆਹ ਪਹਿਲੇ ਨੰਬਰ 'ਤੇ ਆਪਣਾ ਡਾਕੂਮੈਂਟ ਆ ਪੁਲਿਸ ਕਲੀਅਰੈਂਸ ਵਾਲਾ ਇਹਦੇ ਤੁਸੀਂ ਆਹ ਦੇਖੋ ਇੱਥੇ ਟਿੱਕ ਲੱਗਿਆ ਨਾ ਜਿਹੜੇ ਜਿਹੜੇ ਡਾਕੂਮੈਂਟ ਆਪਾਂ ਅਪਲੋਡ ਕਰਨੇ ਆ ਨਾਲ ਤੁਸੀਂ ਟਿੱਕ ਜ਼ਰੂਰ ਲਾਉਣਾ ਹੈ ਠੀਕ ਆ ਅਤੇ ਇਹਦੇ ਵਿੱਚ ਹੁਣ ਹੈਗੇ ਉਸ ਤੋਂ ਬਾਅਦ ਲਾਇਸੈਂਸ ਦੇ ਵਿੱਚ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਸੀ ਉਹ ਸੋਰੀ ਕੀ ਇਹਨੂੰ ਕਹਿੰਦੇ ਹੁੰਦੇ ਆ ਪਾਸਪੋਰਟ ਦੇ ਵਿੱਚ ਜਿਹੜੀ ਮੈਂ ਹੁਣ ਤੁਹਾਨੂੰ ਗੱਲ ਦੱਸੀ ਸੀ ਉਹਦੇ ਵਿੱਚ ਆਹ ਦੇਖੋ ਜਿੱਦਾਂ ਸਟੈਂਪ ਵਾਲੀਆਂ ਹੈਗੀਆਂ ਤੁਸੀਂ ਆਹ ਵੀ ਫੋਟੋ ਸਟੈਟ ਕਰਾ ਕੇ ਲਿਆਉਣੀਆਂ ਨਾਲ ਠੀਕ ਆ ਇਹ ਮੈਂ ਸਾਰੇ ਲਈ ਕਰਵਾ ਲਿਆ ਅਤੇ ਜਿਹੜਾ ਇੱਕ ਆਪਣਾ ਆਹ ਹੈਗਾ ਸੀ ਫੋਰਮ ਫੋਰਮ ਨੂੰ ਤੁਸੀਂ ਚੰਗੀ ਤਰ੍ਹਾਂ ਦੇਖਣਾ ਜਿਹੜੀ ਇੱਥੇ ਲਾਈਕ ਫੋਟੋ ਵਗੈਰਾ ਪੇਸਟ ਕਰਨੀ ਹੈ ਉਹ ਆਪਾਂ ਇੱਥੇ ਕਰਾਂਗੇ ਲਾਸਟ ਦੇ ਵਿੱਚ ਇਹ ਚੀਜ਼ ਦਾ ਧਿਆਨ ਰੱਖਣਾ ਇੱਥੇ ਵੀ ਸਿਗਨੇਚਰ ਕਰਨੇ ਆ ਐਂਡ ਜਿਹੜਾ ਪਹਿਲੇ ਵਾਲਾ ਡੱਬਾ ਹੈਗਾ ਆ ਆਹ ਵਾਲਾ ਥੱਲੇ ਇੱਥੇ ਵੀ ਤੁਸੀਂ ਸਿਗਨੇਚਰ ਜ਼ਰੂਰ ਕਰਨੇ ਆ ਇਹ ਚੀਜ਼ਾਂ ਦਾ ਥੋੜ੍ਹਾ ਜਿਹਾ ਧਿਆਨ ਰੱਖਿਓ ਇੱਕ ਮੈਂ ਕਢਾ ਕੇ ਲਿਆਇਆ ਜੀ ਵਰਕ ਪਰਮਿਟ ਅਤੇ ਨਾਲ ਮੈਂ ਆਪਣਾ ਪਰੂਫ ਆਫ ਐਡਰੈਸ ਜਿਹੜਾ ਮੇਰਾ ਲਾਇਸੈਂਸ ਹੈਗਾ ਆ ਉਹ ਕਢਵਾ ਕੇ ਲਿਆਇਆ ਇੱਕ ਕੈਨੇਡਾ ਪੋਸਟ ਜਾ ਕੇ ਜਿਹੜੀ ਮੈਂ ਤੁਹਾਨੂੰ ਫੀਸ ਕਿਹਾ ਸੀ ਭਰਨੀ ਆ ਉਹਦਾ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਮੈਂ ਆਪਣਾ ਲਾਈਕ ਕੱਟ ਕੇ ਲਾ ਦੇਣਾ ਸਾਰਾ ਕੁਝ ਤੁਸੀਂ ਉਦਾਂ ਦਾ ਹੀ ਬਣਾਉਣਾ ਆ ਲਾਈਕ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਉਹਦੇ ਵਿੱਚ ਜਿਹੜਾ BLS BLS ਦੇ ਐਡਰੈਸ 'ਤੇ ਆਪਾਂ ਬਣਾਉਣਾ ਨਾ ਅਤੇ ਪੂਰਾ ਐਡਰੈਸ ਨਹੀਂ ਲਿਖਣਾ ਤੁਸੀਂ ਬਸ ਮੇਰੇ ਵਾਲਾ ਜਿਹੜਾ ਸੇਮ ਹੋਣਾ ਉਹੀ ਕਾਪੀ ਕਰ ਲਓ ਯਾਰ ਬਸ ਉਹਦੇ 'ਤੇ ਆਪਣਾ ਨਾਮ ਲੈ ਕੇ ਚੇਪ ਦਿਓ ਕੋਈ ਚੱਕਰ ਨਹੀਂ ਐਡੀ ਗੱਲ ਸਾਰੇ ਡਾਕੂਮੈਂਟ ਤਾਂ ਆਪਾਂ ਪੂਰੇ ਕਰ ਲਿਆ ਹੁਣ ਆਪਾਂ ਪਿਊਰ ਲੇਟਰ ਦਾ ਇੱਕ ਲੇਬਲ ਕਢਾਉਣਾ ਆ ਉਹ ਕਿੱਦਾਂ ਨਿਕਲੇਗਾ ਲਾਈਕ ਉਹ ਆਪਾਂ ਇੱਥੇ
ਉਹਦੇ ਉੱਪਰ ਸਾਰਾ ਕੁਝ ਤੁਸੀਂ ਭਰਨਾ ਆ। ਫੀਸ ਵਗੈਰਾ ਹੁੰਦੀ ਆ ਉਹ ਭਰਨੀ ਆ, ਲਾਈਕ $60 ਸ਼ਾਇਦ ਜੇ ਆਨਲਾਈਨ ਕਰਦੇ ਆ ਤੇ ਉਦਾਂ ਸ਼ਾਇਦ $80 ਲੱਗਦੇ ਆ। ਉਹ ਮੈਂ ਹਜੇ ਫੋਨ ਕਰਨਾ ਆ, ਮੈਂ ਤੁਹਾਨੂੰ ਕਹੀ ਜਾਵਾਂ ਕਿ ਮੈਂ ਕਰ ਲਿਆ, ਉਹ ਮੈਂ ਸੋਚਦਾ ਕਿ ਕੱਲ੍ਹ ਨੂੰ ਕਰਾਂਗਾ। ਉਹ ਪ੍ਰੋਸੈਸ ਕੋਈ ਹੈ ਨਹੀਂ, ਲਾਈਕ ਤੁਹਾਨੂੰ ਇੱਦਾਂ ਮੈਂ ਕਹਾਂ ਕਿ ਮੈਂ ਵੀਡੀਓ ਦੇ ਵਿੱਚ ਅਟੈਚ ਕਰਕੇ ਵੀਡੀਓ ਲੰਬੀ ਖਿੱਚਦਾ, ਉਹਦੇ ਲਈ ਹੈ ਨਹੀਂ ਆ। ਅਤੇ ਉਹਦੇ ਵਿੱਚ ਪਿਕਅਪ ਐਂਡ ਡਰੋਪ ਆਫ ਦੇ ਤੁਸੀਂ ਕਲਿੱਕ ਜ਼ਰੂਰ ਕਰਨਾ ਹੈ, ਪਿਕਅਪ ਐਂਡ ਡਰੋਪ ਆਫ ਹੀ ਉਹਨਾਂ ਨੂੰ ਕਹਿਣਾ, ਠੀਕ ਆ। ਪਿਓਰ ਲੇਟਰ ਵਾਲੇ ਤੁਹਾਡੇ ਘਰੇ ਆਉਣਗੇ, ਤੁਸੀਂ ਟਾਈਮ ਦਿੱਤਾ ਹੋਏਗਾ ਕਿ ਇਸੇ ਟਾਈਮ ਤੁਸੀਂ ਆਇਓ, ਆਪਣਾ ਬੇਸਮੈਂਟ ਦਾ ਜਾਂ ਫਿਰ ਜੋ ਵੀ ਉਹਨਾਂ ਨੂੰ ਲਾਈਕ ਸਾਰਾ ਕੁਝ ਦੱਸ ਦੇਣਾ। ਉਹ ਤੁਹਾਡਾ ਡੋਰ ਨੋਕ ਕਰਨਗੇ, ਉੱਥੋਂ ਹੀ ਚੱਕ ਕੇ ਲੈ ਕੇ ਜਾਣਗੇ, ਉੱਥੇ ਹੀ ਛੱਡ ਕੇ ਜਾਣਗੇ, ਕਿਉਂਕਿ ਹੁਣ ਕੋਵਿਡ ਕਰਕੇ ਸਾਰਾ ਕੁਝ ਬੰਦ ਆ। ਆਪਾਂ ਐਮਬੈਸੀ ਦੇ ਵਿੱਚ ਜਾ ਕੇ, BLS ਦੇ ਆਫਿਸ ਦੇ ਵਿੱਚ ਜਾ ਕੇ ਆਪਾਂ ਸਬਮਿਟ ਨਹੀਂ ਕਰ ਸਕਦੇ। ਅਤੇ ਮੇਕ ਸ਼ੋਰ ਕਿ ਪਿਓਰੋ ਲੇਟਰ ਦਾ ਜਿਹੜਾ ਲੇਬਲ ਆ ਉਹ ਇੱਥੇ ਤੁਸੀਂ ਅਟੈਚ ਕਰਨਾ ਹੈ, ਠੀਕ ਆ। ਅਤੇ ਉਹਨੂੰ ਟੇਪ ਦੇ ਨਾਲ ਲਾ ਕੇ ਇਹਨੂੰ ਚੰਗੀ ਤਰ੍ਹਾਂ ਸੀਲ ਕਰਕੇ, ਲਾਈਕ ਵੈਸੇ ਇਹ ਕਾਮਨ ਸੈਂਸ ਜਿਹੀਆਂ ਚੀਜ਼ਾਂ ਹੁੰਦੀਆਂ, ਪਰ ਫਿਰ ਮੈਂ ਤੁਹਾਨੂੰ ਦੱਸਦਾ ਵਿੱਚ ਜਿੱਦਾਂ ਜਿੱਦਾਂ ਉਹਨਾਂ ਨੇ ਡਾਕੂਮੈਂਟ ਕਹੇ ਉਸ ਅਰੇਂਜਮੈਂਟ ਦੇ ਨਾਲ ਤੁਸੀਂ ਸਾਰੇ ਡਾਕੂਮੈਂਟ ਪਾਉਣੇ ਆ। ਅਤੇ ਜਿਹੜਾ ਤੁਹਾਡਾ ਮਨੀ ਡਰਾਫਟ ਹੋਏਗਾ ਨਾ, ਜਿਹੜਾ ਆਪਾਂ ਉੱਥੋਂ ਬਣਾ ਕੇ ਲਿਆਏ ਹਾਂ ਕੈਨੇਡਾ ਪੋਸਟ ਤੋਂ, ਉਹ ਵੀ ਤੁਸੀਂ ਵਿੱਚ ਪਾਉਣਾ ਆ। ਅਤੇ ਉਹਨੂੰ ਜੇ ਹੋ ਸਕਦਾ ਤਾਂ ਇੱਕ ਛੋਟੇ ਇਨਵੈਲਪ ਦੇ ਵਿੱਚ ਪਾ ਕੇ ਉਹਦੇ ਉੱਤੇ ਲਿਖ ਕੇ ਮਨੀ ਡਰਾਫਟ ਜਾਂ ਫਿਰ ਜੋ ਵੀ ਹੁੰਦਾ ਆ ਉਹ ਲਿਖ ਕੇ ਤੁਸੀਂ ਵਿੱਚ ਪਾ ਸਕਦੇ ਹੋ। ਬਸ ਆਹੀ ਸੀ ਯਾਰ ਚੀਜ਼ਾਂ, ਲਾਈਕ PCC ਮੈਂ ਤਾਂ ਆਪਣੇ ਹੀ ਸਾਰਾ ਕਰਤਾ ਆ ਸਿਸਟਮ, ਹੁਣ ਮੈਂ ਪਿਓਰੋ ਲੇਟਰ ਦਾ ਉਹਨਾਂ ਨੂੰ ਲਾਈਕ ਕਾਲ ਕਰਕੇ ਲੈ ਲੈਣਾ, ਅਤੇ ਨਹੀਂ ਤਾਂ ਜੇ ਨਾ ਹੋਇਆ ਤਾਂ ਫਿਰ ਮੈਂ ਔਨਲਾਈਨ ਕੱਢ ਦੂੰਗਾ। ਅਤੇ ਠੀਕ ਆ, ਫਿਰ ਕੱਲ੍ਹ ਨੂੰ ਮੇਰੇ ਘਰ ਆਉਣਗੇ 10 ਵਜੇ, ਮੈਂ ਆ ਦੇ ਦੂੰਗਾ ਉਹਨਾਂ ਨੂੰ। ਅਗਲੀ ਵੀਡੀਓ ਦੇ ਵਿੱਚ ਆਪਾਂ ਵੈਸ ਬਾਰੇ ਗੱਲ ਕਰਾਂਗੇ, ਕਿਉਂਕਿ ਮੈਂ ਜਿਹੜੀ ਆਪਣੀ ਵੈਸ ਆ ਮੈਂ ਪਿਛਲੇ ਸਾਲ ਇੰਡੀਆ ਤੋਂ ਕਰਾ ਕੇ ਆਇਆ ਸੀ, ਅਤੇ ਹੁਣ ਮੈਂ ਕਿਸੇ ਦੀ ਜੇ ਵੈਸ ਅਪਲਾਈ ਕੀਤੀ ਆਪਣੇ ਦੋਸਤ ਦੀ ਪਿੱਛੇ ਜੇ, ਉਹ ਮੈਂ ਤੁਹਾਨੂੰ ਸਾਰਾ ਕੁਝ ਸ਼ੋਅ ਕਰ ਦੂੰਗਾ ਕਿ ਕਿੱਦਾਂ ਕਿੱਦਾਂ ਤੁਸੀਂ ਆਪਣੀ ਵੈਸ ਅਪਲਾਈ ਕਰਨੀ ਹੈ। ਲਾਈਕ ਉਹਨੂੰ ਵੀ 20 ਤੋਂ 25 ਦਿਨ ਲੱਗ ਜਾਂਦੇ ਆ। ਹੋਪ ਕਰਦਾ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ, ਅਤੇ ਅਗਲੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਜੇ ਇਹ ਵਧੀਆ ਲੱਗੀ ਇਹਨੂੰ ਲਾਈਕ ਕਰੋ, ਜੇ ਆਇਲਸ ਵਾਲੀ ਨਹੀਂ ਦੇਖੀ ਜਾਂ ਫਿਰ ਪਿਛਲੀਆਂ ਵੀਡੀਓ ਨਹੀਂ ਦੇਖੀਆਂ ਉਹ ਜ਼ਰੂਰ ਦੇਖੋ। ਠੀਕ ਆ ਜੀ, ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ।